सीनियर पुलिस अधिकारी पहुंच गए ने जिथे धरना लगा है भगवान वाल्मीकि चौक च। लाइव तस्वीर देख रहे हो रवि गिल दे ब्रदर राहुल गिल अते होर सारे मोहतबर बंदे सारा मामला एम एल ए रमन अरोड़ा नूं दस रहे ने। तीजी गल सवेर के 11 बजे के इतने बैठे कोई भी इतने बात नहीं पुछना है। 2 घंटे बाद एस एच ओ डिवीजन नंबर 4 इतने आए। अच्छा 2 घंटे बाद आके बस सारे कि चलो उठ जाओ तुम इतों तो आप ही फटे जाओगे। असी इन्नी खप पाई सवेर की सारे इतने आराम ना किसी ने किसी राहगीर नहीं परेशान किया किसी दुकानदार नहीं परेशान बाजार नहीं बंद कराया कोई बाजार नहीं बंद असी करवाया और सारे ने यही रिक्वेस्ट पुलिस प्रशासन ए सी पी साहब आए हैं ए सी पी साहब ने भी यही कहा कि सर उन्हों का नंबर हजे भी चलता पे एस एच ओ डिवीजन नंबर 4 जी के गल कराई बंदे की जेड़ा दोषी आई गल करवाई कहिंदा हाँ जी बोलो मैं कपिल बोल रहा। तो उस तो बाद जो कह ना कि मैं एस एच ओ डिवीजन नंबर 4 बोलता उन्हें फोन कट के डायरैक्ट उन्होंने फोन से फोन किया तो अपने एल पी यू वाले है कोई मित्र तो वह फोन एस एच ओ साहब का फोन आया मेरा मौके दे डीसीपी बंदा रेस्ट क्यों नहीं हो रहा कि ਔਖਾ ਕੰਮ ਹੈਗਾ ਕਿ ਉਹਨੂੰ ਬੰਦੇ ਨੂੰ ਟਰੇਸ ਕਰਨਾ ਉਹਦਾ ਨੰਬਰ ਟਰੇਸ ਕਰਨਾ ਤਾਂ ਉਹਨੂੰ ਫੜਨਾ ਉਹ ਟੈਕਨੀਕਲੀ ਹੋਊਗਾ ਨਾ ਜੀ ਹੁਣ ਉਹਦੇ ਜਿਹੜੇ ਗਵਾਂਢੀ ਆ ਉਹ ਕਹਿੰਦੇ 12 ਵਜੇ ਤੋਂ ਬਾਅਦ ਉਹ ਘਰੋਂ ਸਾਰੇ ਇਹਨੇ ਤਾਲਾ ਲਾ ਕੇ ਭੱਜਿਆ ਕਪੀ ਲੋਣੀ ਜਿਹੜੇ ਇੱਥੇ ਤਾਲਾ ਲਾ ਕੇ ਬਾਹਰ ਪੱਕੀ ਲੈ ਲਾਂਗੇ ਤਾਲਾ ਹੀ ਦੇਖਾਂਗੇ ਜੀ ਹੁਣ ਅੱਜ 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 ਅੱਛਾ ਹਾਂਜੀ ਅੱਜ ਦੁਪਹਿਰੇ ਚਲੋ ਮੈਂ ਜਿਹੜੀ ਆਪਣੀ ਹੁਣ ਸਾਨੂੰ ਕੁਝ ਇਦਾਂ ਲੱਗਦਾ ਸਰ ਇੱਕ ਬੇਨਤੀ ਸੁਣੋ ਸਾਨੂੰ ਇਦਾਂ ਲੱਗਦਾ ਕਿ ਤੁਹਾਡੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਬਣਾਇਆ ਨਹੀਂ ਨਹੀਂ ਗੋਰੇ ਦੇਖ ਸੁਣ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਆ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ 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 ਸਾਨੂੰ ਤਾਂ ਸਰ ਇਹੀ ਲੱਗਦਾ ਭਾਜੀ ਦੇਖੋ ਗੱਲ ਸੁਣੋ ਤੁਹਾਡੇ ਨਾਲ ਦੇਖੋ ਸੁਣੋ ਮੈਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਆਪਣੇ ਵੱਲੋਂ ਸਰਕਾਰ ਵੱਲੋਂ ਤੁਹਾਨੂੰ ਵਿਸ਼ਵਾਸਨ ਦੇਣਾ 100% ਬੰਦੇ ਪਕੜੇ ਜਾਊਗੇ ਔਰ ਪਕੜੇ ਹੀ ਜਾਊਗੇ। ਇਹ ਵੀ ਨਹੀਂ ਆ ਕੋਈ ਪੂਰੀ ਜ਼ੋਰ ਲਗਾ ਰਿਹਾ ਇਹਨਾਂ ਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਇਹ ਚਿੰਤਾ ਨਹੀਂ ਬੰਦੇ ਅਰੈਸਟ ਹੋਊਗੇ ਤੁਹਾਡਾ ਮੇਰੀ ਗੱਲ ਸੁਣੋ ਤੁਹਾਡਾ ਹੀ ਉਸ ਚੀਜ਼ ਦਾ ਵਾਅਦਾ ਕਰਦੇ ਪੁਲਿਸ ਪ੍ਰਸ਼ਾਸਨ ਇੱਦਾਂ ਨਹੀਂ ਹੈਗਾ ਵੀ ਘਰ ਨਹੀਂ ਸੁੱਤਾ ਭਾਜੀ ਮੈਨੂੰ ਪਤਾ ਜਿੰਨੀ ਤਾਂ ਮੇਰੀ ਇਹਨਾਂ ਨਾਲ ਸਵੇਰ ਦੀ ਇਸ ਵੇਲੇ ਕਿੰਨੀ ਵਾਰੀ ਗੱਲ ਹੋਈ ਹੈ ਤੁਹਾਡੇ ਨਾਲ ਮੇਰੀ ਘੱਟੋ ਘੱਟ 10 ਵਾਰ ਗੱਲ ਹੋਈ ਹੈ ਸਰ ਦੱਸਾਂ ਕਿੰਨੀ ਵਾਰੀ ਤੁਹਾਡੇ ਨਾਲ ਗੱਲ ਹੋਈ ਮੈਂ ਇਹ ਨਹੀਂ ਹੈਗਾ ਵੀ ਜੇ ਮੈਂ ਤੁਹਾਡੇ ਕੋਲ ਇੱਥੇ ਨਹੀਂ ਆਇਆ ਮੈਂ ਤੁਹਾਡੇ ਵਿੱਚ ਹੀ ਹੈਗਾ। ਦੂਜੀ ਇੱਕ ਹੋਰ ਗੱਲ ਸੁਣੋ ਸਵੇਰੇ ਇਹਨਾਂ ਨੂੰ ਕਿਹਾ ਕਿ ਆਪਾਂ ਕਿ ਉਹਦੇ ਘਰ ਮੁੰਡੇ ਦੇ ਰੇਟ ਮਾਰਨ ਜਾਣਾ ਕਹਿੰਦੇ ਆਪਣੀ ਗੱਡੀ ਲੈ ਕੇ ਆਓ ਕਿੰਨੇ ਕੀ ਗੱਲ ਹੈ ਕਿਉਂਕਿ ਮੈਂ ਆਪਣੀ ਭੇਜੀ ਨਹੀਂ ਉਹ ਬਾਪੂ ਬੋਲੇ ਵਾਪਸ ਮੈਂ ਲੈ ਗਿਆ ਨਹੀਂ ਗੱਡੀ ਜੀ ਆਪਣੀ ਗੱਡੀ ਜੀ ਕਿੰਨਾ ਨੇ ਕਿੰਨੇ ਕਿਹਾ ਜੀ ਦੱਸੋ ਦੱਸੋ ਜੀ ਕਿਹਨਾਂ ਨੇ ਕਿਹਾ ਗੱਡੀ ਹੈ ਨਹੀਂ ਮੈਂ ਲੈ ਕੇ ਆਇਆ ਕਿੰਨੇ ਕੀ ਦੱਸੋ ਐਚ ਐਸ ਐਸ ਐਚ ਜੀ ਆਪਣੇ ਭੇਜਿਆ ਇਹਨਾਂ ਨੇ ਇਹਨਾਂ ਨੇ ਬੰਦੇ ਭੇਜੇ ਆ ਦੋ ਸਹੀਤ ਹੋਈ ਹੈ ਜੀ ਇੱਕ ਜਗ੍ਹਾ ਮੈਂ ਆਪਣੀ ਗੱਡੀ ਭੇਜੀ ਜੀ ਆਪਣੇ ਅਵਤਾਰ ਨਗਰ ਦੀ ਠੀਕ ਹੈ ਕਹਿੰਦੇ ਨੂਰਮਲ ਭੇਜਦਾ ਮੈਂ ਉਹਨਾਂ ਹੀ ਗੱਲ ਕਹੀ ਹੈ ਜੀ ਕਿ ਅਸੀਂ ਮੈਂ ਬੰਦੇ ਨਾਲ ਬੰਦੇ ਨੇ ਭੇਜੇ ਵੀ ਨਾਲ ਜੀ
ਬੰਦੇ ਭੇਜੇ ਤੁਸੀਂ ਆਪਣੇ ਨਾਲ ਦੇਖੋ ਮੇਰੀ ਗੱਲ ਸੁਣੋ ਜੀ ਅਰੋੜਾ ਸਾਹਿਬ ਇੱਕ ਮਿੰਟ ਅਸੀਂ ਅੱਜ ਰਜੇਸ਼ ਕਪਿਲ ਦੇ ਘਰ ਗਏ ਸੀਗੇ ਜੋ ਮੁਹੱਲੇ ਵਾਲਿਆਂ ਦਾ ਕਹਿਣਾ ਕਿ ਉਹ 12 ਤੋਂ 1 ਵਜੇ ਦੇ ਉਹ ਚਲੇ ਗਏ ਇੱਥੋਂ ਦੀ ਇੱਕ ਮਿੰਟ ਸਰ ਇੱਕ ਮਿੰਟ ਅਗਰ ਅਗਰ ਐਸ ਐਚ ਓ 12 ਦਾ ਰੀ ਚਾਹੁੰਦਾ 5 ਨੰਬਰ ਥਾਣੇ ਕਾਲ ਕਰਦਾ ਤੇ ਉਹਨੂੰ ਰਾਊਂਡ ਅਪ ਕਰ ਸਕਦਾ ਸੀਗਾ ਪਰ ਉਹਨੇ ਏਦਾਂ ਤਾਂ ਨਹੀਂ ਕੀਤਾ ਅੱਜ 48 ਘੰਟੇ ਹੋ ਚੁੱਕੇ ਜੀ 24 ਤੇ 12 36 ਜਿੰਨੇ ਵੀ ਘੰਟੇ ਹੋ ਚੁੱਕੇ ਆ ਨੂਰਮਹਿਲ ਭੇਜੀ ਨਾ ਪੁਲਿਸ ਪ੍ਰਸ਼ਾਸਨ ਦੀ ਉਹ ਖਾਂਬਰੇ ਤੋਂ ਹੀ ਵਾਪਸ ਆ ਗਏ ਕਹਿੰਦੇ ਜੀ ਉੱਥੇ ਦੇ ਪੂਰਾ ਪਰਿਵਾਰ ਘਰੋਂ ਬਾਹਰ ਨਿਕਲਿਆ ਜੀ ਮੁਕੇਸ਼ ਸਰ ਨੇ ਨਾਲ ਬੰਦੇ ਭੇਜੇ ਸੀ ਮੈਂ ਨਾਲ ਗਿਆ ਸੀ ਇਹੀ ਹੈ ਸਰ ਜੇ ਚਾਹੁੰਦੇ 12 ਤਰੀਕ ਐਸ ਐਚ ਓ ਚਾਹੁੰਦਾ ਸੀਗਾ ਤੇ ਉਹਨਾਂ ਨੂੰ ਕਾਲ ਕਰਕੇ ਜੀ ਰਾਊਂਡ ਅਪ ਕਰ ਸਕਦੇ ਸੀ ਬੰਦੇ ਜੇਕਰ ਸਾਨੂੰ ਇਹ ਚੀਜ਼ ਲੱਗਦੀ ਦੇਖੋ ਮੈਂ ਤੁਹਾਨੂੰ ਮੈਨੂੰ ਪੂਰਾ ਭਰੋਸਾ ਵਾ ਤੁਹਾਡੇ ਤੇ ਵੀ ਤੁਸੀਂ ਉਹ ਬੰਦੇ ਲੱਭ ਪਰ ਉਹਨੂੰ ਟਾਈਮ ਬਾਉਂਡ ਕਰ ਦਿਓ ਵੀ ਇੰਨੇ ਦੇਰ ਤੱਕ ਜਲਦੀ ਤੋਂ ਜਲਦੀ ਬੰਦੇ ਆਪਾਂ ਲੱਭ ਸਰ ਦੂਜੀ ਤਾਂ ਨਾ ਗੱਲ ਕਰਨੀ ਸੀਗੀ ਇੱਕ ਮਿੰਟ ਭਾਜੀ ਉਹ ਪੈਂਦਾ ਸੀਗਾ ਇੱਕ ਮਿੰਟ ਉਹ ਪੈਂਦਾ ਸੀਗਾ ਜੀ 12 ਦਿਨ ਥਾਣੇ ਐਸਐਚਓ ਦਾ ਸਵੇਰ ਦਾ 10 ਵਜੇ ਦਾ ਧਰਨਾ ਲੱਗਾ ਜੇ ਕਿਸੇ ਦਾ ਪ੍ਰੈਸ਼ਰ ਸਾਨੂੰ ਦੱਸੋ ਜੀ ਸਰ ਇੱਕ ਬੇਨਤੀ ਸੁਣੋ ਸਰ ਕੱਲ ਸ਼ਾਮ ਦੇ ਤੁਸੀਂ ਆਏ ਤਾਂ ਹੈ ਨੀ ਨਾ ਤੁਹਾਡਾ ਡਿਊਟੀ ਆਇਆ ਨਾ ਤੁਹਾਡਾ ਐਸਪੀ ਸਾਹਿਬ ਆਏ ਕਿੱਥੇ ਸੀਗੇ ਕੱਲ ਸ਼ਾਮ ਦੇ ਤੁਸੀਂ ਪ੍ਰਸ਼ਾਸਨ ਪਤਾ ਲੱਗਿਆ ਵਪਾਰੀਆਂ ਨੂੰ ਦਿੱਕਤ ਹੋ ਰਹੀ ਹੈ ਅੱਜ ਸਾਰਾ ਪ੍ਰਸ਼ਾਸਨ ਇੱਥੇ ਆ ਗਿਆ ਧਰਨਾ ਚੱਕਣ ਨੂੰ ਕੌਣ ਕਹਿੰਦਾ ਸਾਡੇ ਬੜੇ ਆਦਮੀ ਯੋਗ ਜੇਕਰ ਜੇਕਰ ਆਪਾਂ ਬਾਜ਼ਾਰ ਦੇ ਵਿਚਾਰ ਦੀ ਗੱਲ ਹੁੰਦੀ ਤਾਂ ਫਿਰ ਉਸੇ ਵੇਲੇ ਸਾਰੇ ਆਉਂਦੇ ਭਾਜੀ ਬਾਜ਼ਾਰ ਦਾ ਧਰ ਬਾਜ਼ਾਰ ਤਾਂ ਹੁਣ ਬੰਦ ਹੋ ਗਏ ਜੀ ਹੁਣ ਕਿਹਨੂੰ ਆ ਗਏ ਜੀ ਇੱਦਾਂ ਦਾ ਕੋਈ ਤੁਹਾਨੂੰ ਦੇਖੋ ਭਾਜੀ ਕੋਈ ਗੱਲ ਨੀ ਯਾਰ ਤੁਹਾਡੇ ਨਾਲ ਹੈਗੇ ਖੜੇ ਤੁਹਾਡੇ ਨਾਲ ਹੀ ਬੈਠੇ ਕੋਈ ਇੱਦਾਂ ਦੀ ਗੱਲ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਹੋ ਕਾਕੇ ਭਾਜੀ ਗੱਲ ਇਹ ਹੈ ਜਦੋਂ 4 ਆਰੋਪੀ ਹੈ ਜੀ ਇੱਕ ਫੜਿਆ ਗਿਆ ਅਸੀਂ ਧਰਨਾ ਚੱਕ ਦਾਂਗੇ ਇੱਕ ਫੜਿਆ ਗਿਆ ਚਾਰੇ ਨਹੀਂ ਕਹਿੰਦੇ ਇੱਕ ਫੜਿਆ ਗਿਆ ਤੁਸੀਂ ਸਾਨੂੰ ਭਾਜੀ ਇੱਕ ਮਿੰਟ ਏਦਾਂ ਨਾ ਕਰੋ ਸੁਣੋ ਆਪਾਂ ਭਾਜੀ ਆਪਾਂ ਚਾਰੋਂ ਦੇ ਚਾਰੋਂ ਹੀ ਫੜਾਂਗੇ ਏਦਾਂ ਇੱਕ ਕਾਹਨੂੰ ਫੜਨਾ ਜੀ ਸਾਡੀ ਜਿਹੜੀ ਪੁਲਿਸ ਹੈ ਬੜੀ ਮੁਸ਼ਤੈਦ ਆ ਆਪਾਂ ਚਾਰੇ ਦੇ ਚਾਰੇ ਫੜਾਂਗੇ ਜੀ ਜਿਹੜਾ ਕੋਈ ਗਲਤ ਕੰਮ ਕਰੂਗਾ ਫੜਿਆ ਜਾਊਗਾ ਸਰ ਆਸ਼ਵਾਸਨ ਦੇਣਾ ਤੇ ਇੱਕ ਹੀ ਫੜ ਲਓ ਯਾਰ ਮੇਰੀ ਗੱਲ ਤਾਂ ਸੁਣੋ
ਤੁਸੀਂ ਸਾਨੂੰ ਦੱਸੋ ਬੰਦੇ ਕਿੱਥੇ ਆ ਨਾਲ ਸਾਰੀ ਟੀਮ ਹੋਣੀ ਜਾਂਦੀ ਆ ਸਾਡੇ ਬੰਦੇ ਜਿੱਦਾਂ ਉਹ ਕਹਿ ਰਹੇ ਆ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਵੀ ਅਸੀਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਰੇਡਸ ਮਾਰ ਰਹੇ ਹਾਂ ਠੀਕ ਹੈ ਨਾ ਉੱਥੇ ਬੰਦੇ ਨਹੀਂ ਹੈਗੇ ਠੀਕ ਹੈ ਨਾ ਇਹ ਆਪਣੀ ਜਗ੍ਹਾ ਵੀ ਚੱਲੇ ਕਈ ਵਾਰੀ ਤੁਸੀਂ ਤੁਹਾਡੇ ਕੋਲ ਵੀ ਦੇਖੋ ਤੁਸੀਂ ਪੱਤਰਕਾਰ ਹੋ ਚੌਥੇ ਸਤੰਭ ਹੋ ਤੁਹਾਨੂੰ ਵੀ ਪਤਾ ਲੱਗ ਜਾਂਦਾ ਤੁਹਾਡੇ ਵੀ ਕਿਤੇ ਸੂਰ ਨਿਕਲ ਸਕਦੇ ਵੀ ਫਲਾਣੀ ਜਗ੍ਹਾ ਬੰਦਾ ਹੈਗਾ ਜੇ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਕਿਸੇ ਦਾ ਪ੍ਰੈਸ਼ਰ ਹੈ ਨਾਲ ਮੈਂ ਆਪ ਨਹੀਂ ਭਾਜੀ ਤੁਹਾਡੇ ਵਿੱਚ ਵਿਸ਼ਵਾਸ ਰੱਖਣ ਲਈ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਹੁਣ ਨੂਰਮੈਲ ਜਿਹੜਾ ਸਾਡੇ ਕੋਲ ਨੰਬਰ ਆਇਆ ਆਲਟਰਨੇਟ ਨੰਬਰ ਸੀਗਾ ਜਦੋਂ ਅਸੀਂ ਉੱਥੇ ਜਾ ਕੇ ਪਤਾ ਕੀਤਾ ਬੰਦਾ ਅਸੀਂ ਵੈਰੀਫਾਈ ਕੀਤਾ ਉਹਦਾ ਕੋਈ ਇਸ ਕੇਸ ਨਾਲ ਲੈਣ ਦੇਣ ਨਹੀਂ ਸੀਗਾ ਉਹ ਕਹਿੰਦਾ ਜੀ ਮੈਂ ਤਾਂ ਨੰਬਰ 15-20 ਦਿਨ ਪਹਿਲਾਂ ਲਿੱਤਾ ਉਹਦਾ ਨੰਬਰ ਉਹ ਬੰਦ ਹੋ ਗਿਆ ਉਹਨੇ ਬੰਦ ਕਰਤਾ ਜਿਹੜਾ ਆਪਣਾ ਮੇਨ ਅਕਿਊਜ਼ਡ ਹੈ ਉਹਨੂੰ ਨਵਾਂ ਨੰਬਰ ਅਲਾਟ ਹੋਇਆ 6 ਘੰਟੇ ਬਲੈਕਮੇਲ ਆ ਬਹੁਤ ਤਕੜਾ ਸਾਨੂੰ ਜਿਹੜੇ ਸਾਡੇ ਸਾਰੇ ਭਰਾ ਵਾ ਤੇ ਉਹ ਸੁਣਨ ਨੂੰ ਮਿਲਿਆ ਵਾ ਉਹਦੀ ਪੁਲਿਸ ਨਾਲ ਕਹਿੰਦੇ ਬਹੁਤ ਜ਼ਿਆਦਾ ਸੈਟਿੰਗ ਨਹੀਂ ਭਾਜੀ ਨਹੀਂ ਤੁਹਾਡੇ ਮੰਨ ਲਓ ਇਦਾਂ ਨਹੀਂ ਹੋ ਸਕਦਾ ਮੈਂ ਇਸ ਤੁਹਾਡੀ ਦੇਖੋ ਗੱਲ ਸੁਣੋ ਚਾਹੇ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਜਿਹੜਾ ਕ੍ਰਿਮੀਨਲ ਕਰੂਗਾ ਜੀ ਜਿਹੜਾ ਗਲਤ ਕਰੂਗਾ ਆਪ ਫੜਿਆ ਜਾਓ ਐਮਐਲਏ ਸਾਹਿਬ ਬੰਦੇ ਭਰੋਸਾ ਦਿੰਦੇ ਹੋ ਸਾਨੂੰ ਕੋਈ ਆਮ ਬੰਦਾ ਭਰੋਸਾ ਦਿੰਦੇ ਗਲਤ ਬੰਦੇ ਚੱਕੂ ਬੰਦਾ ਹੁੰਦਾ ਨਾ ਉਹਨੇ ਹੁਣ ਨੂੰ ਫੋਨ ਆਪਣਾ ਬੰਦ ਕਰਕੇ ਰੱਖਣਾ ਸੀ ਤਾਂ ਭੱਜ ਨੇ ਪਿਛਲੇ ਆਪ ਦਾ ਫੋਨ ਚਲਾਉਂਦਾ ਪਿਆ ਗੋਰੇ ਭਾਈ ਇੱਕ ਮਿੰਟ ਤੁਸੀਂ ਭਰੋਸਾ ਦਿੰਦੇ ਹੋ ਇੱਕ ਮਿੰਟ ਅਰੋੜਾ ਸਾਹਿਬ ਤੁਸੀਂ ਭਰੋਸਾ ਦਿੰਦੇ ਹੋ ਗਲਤ ਬੰਦੇ ਚੱਕੂ ਜੂਗਾ ਇੱਕ ਮਿੰਟ ਸਰ ਮੈਂ ਕਿਸੇ ਬੰਦੇ ਭਰੋਸਾ ਦਿੰਦੇ ਹੋ WhatsApp ਕਾਲ ਕਰਦਾ SMS ਰਿੰਗ ਜਾਏਗੀ ਆਪ ਚੱਕੇਗਾ ਫੋਨ ਕਰੋ ਭਾਈ ਫੋਨ ਕਰੋ ਅਸੀਂ ਗੱਲ ਕਰਾਈ ਸਰ ਹੈਲੋ ਕੀ ਉਹਦਾ ਕਪਿਲ ਬੋਲ ਰਿਹਾ ਜੇ ਮੈਂ ਉਹਨੂੰ ਕਹਾਂਗਾ ਕਿ ਤੂੰ ਰਜੇਸ਼ ਬੋਲਦਾ ਆ ਜਾ ਤਾਂ ਉਹ ਆਜੂਗਾ ਭਾਜੀ ਉਹਨੇ ਕਾਲਿੰਗ ਪਾਰਟੀ ਦਾ ਪ੍ਰੈਸ਼ਰ ਹੈਗਾ ਵਾ ਜੀ ਤੇ ਮੰਨੂ ਜੇ ਸ਼ੌਕ ਬੈਠੇ ਬਾਕੀ ਜਦੋਂ ਤੱਕ ਪਾਰਟੀ ਰੈਸ਼ਰ ਸਾਡਾ ਧਰਨੇ ਤੇ ਚੱਲਦਾ ਰਹੂਗਾ ਜੀ ਰਵੀ ਭਾਈ ਦੇ ਕਾਤਲਾਂ ਨੂੰ ਇਨਸਾਫ ਦਿਓ ਦੇਖੋ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਕੱਲ ਸ਼ਾਮ ਤੱਕ ਸਾਹਿਬ ਹੋਣਾ ਨੇ ਟਾਈਮ ਮੰਗਿਆ 5 ਵਜੇ ਤੱਕ ਆਪਾਂ ਕਿਹਾ ਠੀਕ ਆ ਜੀ ਤੁਸੀਂ ਸਾਨੂੰ ਇੱਥੇ ਸ਼ਾਂਤੀਮਈ ਅਸੀਂ ਬੈਠੇ ਨਾ ਕਿਸੇ ਨੂੰ ਅਸੀਂ ਪਰੇਸ਼ਾਨ ਕਰਨਾ ਨਾ ਸਾਨੂੰ ਕੋਈ ਪਰੇਸ਼ਾਨ ਕਰੇ ਠੀਕ ਆ ਜੀ ਅਸੀਂ ਬੈਠੇ ਆ ਇੱਥੇ ਤੁਸੀਂ ਕੱਲ 5 ਵਜੇ ਤੱਕ ਬੰਦੇ 6 ਵਜੇ ਤੱਕ ਫੜ ਲਓ ਕੱਲ ਤੱਕ ਜਾਣੀ ਫੜ ਲਓ ਫੜ ਲਓ ਅਸੀਂ ਉੱਠ ਜਾਵਾਂਗੇ ਗੱਲ ਅਗਰ ਕੱਲ ਤੱਕ ਅਗਰ ਕੱਲ ਤੱਕ ਨਹੀਂ ਫੜੇ ਜਾਂਦੇ ਪੰਜਾਬ ਲੈਵਲ ਤੇ ਕਾਲ ਦਵਾਂਗੇ ਤੁਹਾਡੇ ਨਾਲ ਸੁਣੋ ਭਾਈ
ਬਾਰ ਵਾਲਿਆਂ ਨਾਲ ਗੱਲ ਚੱਲ ਰਹੀ ਹੈ ਰਵੀ ਭਾਈ ਦੇ ਕਾਤਲਾਂ ਨੂੰ ਸਾਰੇ